साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। पातला विच धुंद ते धुएं दा कहर, सां लैण विच बणी मुश्किल। खेतां विच जल रही झोने दी पराली कारण निकलिया धुआं ते सर्दी दे मौसम दौरान धुंद दे कारण हवा विच आए बदलाव कारण लोकां नूं काफी मुश्किलां दा सामना करना पै रिहा है। ਉਥੇ ਹੀ ਸਾਹ ਦੀ ਬਿਮਾਰੀ ਤੋਂ ਪੀੜਿਤ ਮਰੀਜ਼ਾਂ ਲਈ ਇਹ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਇਸ ਵੱਧ ਰਹੇ ਪ੍ਰਦੂਸ਼ਣ ਕਾਰਨ ਅਸਮਾਨ ਵਿੱਚ ਛਾਇਆ ਹਨੇਰਾ ਤੇ ਸੜਕਾਂ ਤੇ ਫੈਲੀ ਕੋਰੇ ਦੀ ਚਾਦਰ ਵਹੀਕਲ ਚਾਲਕਾਂ ਨੂੰ ਆਪਣੇ ਵਹੀਕਲ ਲਾਈਟਾਂ ਲਗਾ ਕੇ ਚਲਾਉਣੇ ਪੈ ਰਹੇ ਨੇ। ਉਥੇ ਹੀ ਹਵਾ 'ਚ ਪ੍ਰਦੂਸ਼ਣ ਦੇ ਕਣਾਂ ਦੀ ਮਾਤਰਾ ਦੇ ਵੱਧ ਜਾਣ ਕਾਰਨ ਅੱਖਾਂ, ਚਮੜੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਬਣਦਾ ਜਾ ਰਿਹਾ ਹੈ। ਇੱਕ ਪਾਸੇ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮ ਪੂਰੇ ਪੰਜਾਬ ਅੰਦਰ ਚਲਾਈ ਜਾ ਰਹੀ ਹੈ ਅਤੇ ਤੇਜ਼ੀ ਨਾਲ ਢੀਲੇ ਪ੍ਰਬੰਧ ਪ੍ਰੋਜੈਕਟਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਰੋਕਥਾਮ ਯੋਗ ਅੱਗਾਂ ਤੇ ਰੋਕ ਲਗਾਈ ਜਾਵੇ। ਸਾਂਝ ਗਲੋਬਲ ਫਾਊਂਡੇਸ਼ਨ ਦੇ ਆਗੂ ਗੁਰਪਿਆਰ ਸਿੰਘ ਦਿਓਗੜ ਨੇ ਕਿਹਾ ਕਿ ਖਰਾਬ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਅਤੇ ਕਿਸਾਨਾਂ ਨੂੰ ਮਿਲ ਕੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਤਾਂ ਜੋ ਖਰਾਬ ਹੋ ਰਹੇ ਵਾਤਾਵਰਨ ਨੂੰ ਰੋਕਿਆ ਜਾ ਸਕੇ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ। ਗੁਰਪਿਆਰ ਸਿੰਘ ਜਾਗੂੜ ਜਨ ਦਿਨ ਦੇ ਵਿੱਚ ਜਿਹੜਾ ਹੈਗਾ ਇੱਕ ਕੁੰਡ ਵਰਗਾ ਜਿਹੜਾ ਮਾਹੌਲ ਜਿਹਾ ਬਣਿਆ ਰਹਿੰਦਾ ਹੈਗਾ ਅਤੇ ਅਸਮਾਨ ਦੇ ਵਿੱਚ ਬੱਦਲ ਦੀ ਤਰ੍ਹਾਂ ਜਿਹੜੇ ਹੈਗੇ ਨੇ ਪੋਲਿਊਸ਼ਨ ਜਿਹੜਾ ਹੈਗਾ ਕੁਝ ਮਾਤਰਾ ਦੇ ਵਿੱਚ ਇਕੱਠਾ ਹੋਇਆ ਹੈਗਾ ਜਿਸ ਕਾਰਨ ਸੂਰਜ ਦੀ ਕਿਰਨ ਜਿਹੜੀ ਹੈਗੀ ਨਹੀਂ ਚਮਕ ਰਹੀਆਂ ਅਤੇ ਧੁੱਪ ਨਹੀਂ ਨਿਕਲ ਰਹੀ। ਸੋ ਲੋਕਾਂ ਨੂੰ ਇਸ ਚੀਜ਼ ਨੂੰ ਜਿਹੜੇ ਹੈਗਾ ਸੋਚਣ ਦੀ ਜ਼ਰੂਰਤ ਹੈਗੀ ਹੈ। ਜਦੋਂ ਅਸੀਂ ਕਰੋਨਾ ਦੇ ਵਿੱਚ ਵੱਡੇ ਪੱਧਰ 'ਤੇ ਪੂਰੀ ਦੁਨੀਆ ਦੇ ਲੋਕਾਂ ਨੇ ਲਾਮਬੰਦ ਹੋ ਕੇ ਐਡੀ ਵੱਡੀ ਬਿਮਾਰੀ ਦੇ ਜਿਹੜਾ ਹੈਗਾ ਪਕੜ ਪਾ ਸਕੇ ਹੈਗੇ ਹਾਂ ਉਹ ਤਾਂ ਹੀ ਸੀ ਜੀ ਲੋਕਾਂ ਨੇ ਕਰ ਹੁਣ ਜੀ ਇਸ ਚੀਜ਼ ਨੂੰ ਦੇਖ ਕੇ ਜਿਵੇਂ ਪੋਲਿਊਸ਼ਨ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਫੈਲ ਰਹੀਆਂ ਹੈਗੀਆਂ ਨੇ ਜਿਵੇਂ ਖਾਸ ਕਰਕੇ ਹਰੇਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਹੋਸਪਿਟਲ ਡੇਂਗੂ ਬੁਖਾਰ ਵਾਇਰਲ ਜਿਹੜਾ ਹੈ ਚੱਲ ਰਿਹਾ ਹੈਗਾ ਅਤੇ ਇਹ ਨੱਕ ਦੀ ਪ੍ਰੋਬਲਮਾਂ ਹੈਗੀਆਂ ਨੇ ਗਲੇ ਦੀਆਂ ਹੈਗੀਆਂ ਨੇ ਖਾਂਸੀ ਦੀਆਂ ਇਹ ਸਾਰੀਆਂ ਪੋਲਿਊਸ਼ਨ ਦੇ ਕਾਰਨ ਹੈਗੀਆਂ ਨੇ। ਬਿਲਕੁਲ ਜੀ ਹਰ ਸਾਲ ਨਵੇਂ ਵਾਇਰਸ ਜਨਮ ਲੈਂਦੇ ਹੈਗੇ ਨੇ ਨਵੀਆਂ ਸਮੱਸਿਆਵਾਂ ਨਵੀਆਂ ਬਿਮਾਰੀਆਂ ਆਉਂਦੀਆਂ ਹੈਗੀਆਂ ਨੇ ਇਹ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਹਵਾ ਦੇ ਵਿੱਚ ਜਿਹੜਾ ਹੈਗਾ ਪੋਲਿਊਸ਼ਨ ਦੀ ਗਿਣਤੀ ਵੱਧਦੀ ਜਾਊਗੀ ਐਵੇਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਹੈਗੀਆਂ ਨੇ ਕੁਛ ਨਵੇਂ ਤਰ੍ਹਾਂ ਦੇ ਜਿਹੜੀਆਂ ਬਿਮਾਰੀਆਂ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈਣਾ ਹੈਗਾ। ਸੋ ਇਹ ਚੀਜ਼ ਦੇ ਲਈ ਜਿਹੜਾ ਵਾਤਾਵਰਨ ਤਾਂ ਮੇਨ ਜਿਹੜਾ ਸਾਡਾ ਅੰਗ ਹੈਗਾ ਸਾਡੇ ਸਰੀਰ ਦਾ ਲਾ ਲਓ ਹੈ ਨਾ ਜੀਵ ਜੰਤੂਆਂ ਦਾ ਲਾ ਲਓ ਜੇ ਸਾਡਾ ਵਾਤਾਵਰਨ ਨਹੀਂ ਸ਼ੁੱਧ ਹੈਗਾ ਤਾਂ ਅਸੀਂ ਜਿਹੜੇ ਹੈਗੇ ਚੰਗਾ ਸਰੀਰ ਜਾਂ ਚੰਗਾ ਜੀਵਨ ਨਹੀਂ ਜਿਉ ਸਕਦੇ। ਕੀ ਕਰਨਾ ਚਾਹੀਦਾ ਸਰਕਾਰਾਂ ਨੂੰ? ਸਰਕਾਰਾਂ ਨੂੰ ਵੀ ਲੋਕਾਂ ਨੂੰ ਵੀ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਤਾਂ ਜਨਸੰਖਿਆ ਹੈਗੀ ਆ ਸਾਡੇ ਦੇਸ਼ ਦੀ ਸਰਕਾਰਾਂ ਜੁੜੀਆਂ ਉਹਨਾਂ ਨੂੰ ਚਾਹੀਦਾ ਹੈਗਾ ਵੀ ਅਸੀਂ ਵਾਤਾਵਰਨ ਨੂੰ ਸੰਭਾਲਣ ਲਈ ਸਰਕਾਰਾਂ ਦੀ ਸਪੋਰਟ ਕਰੀਏ। ਠੀਕ ਹੈ ਜੀ ਜਿਹੜੀਆਂ ਰੋਕਥਾਮ ਯੋਗ ਪੋਲਿਊਸ਼ਨ ਫੈਲਾਉਣ ਦੀਆਂ ਜਿਹੜੀਆਂ ਅੱਗਾਂ ਹੈਗੀਆਂ ਨੇ ਜਿਵੇਂ ਕਿਤੇ ਅੱਗ ਲਾਉਣ ਦੀ ਲੋੜ ਨਹੀਂ ਕੀਤਾ ਅਸੀਂ ਪਰਹੇਜ਼ ਕਰੀਏ ਉਹਦੀ ਜਦੋਂ ਅੱਗ ਨਾ ਲਗਾਈਏ ਉਹਨਾਂ ਜਿਹੜਾ ਕੋਈ ਹੋਰ ਸਲਿਊਸ਼ਨ ਹੈਗਾ ਉਹ ਕਰਨ ਦੀ ਕੋਸ਼ਿਸ਼ ਕਰੀਏ। ਪਰੰਤੂ ਵੱਡੀ ਸਮੱਸਿਆ ਕਿਸਾਨਾਂ ਵਾਸਤੇ ਵੀ ਹੈਗੀ ਵੀ ਉਹ ਇਹਨੂੰ ਇੰਨੀ ਮਾਤਰਾ ਦੇ ਵਿੱਚ ਪਰਾਲੀ ਨੂੰ ਨਹੀਂ ਸਾਂਭ ਸਕਦੇ ਤਾਂ ਉਹਦੇ ਲਈ ਵੀ ਸਰਕਾਰਾਂ ਨੂੰ ਚਾਹੀਦਾ ਵੀ ਬਲੋਕ ਵਾਈਜ਼ ਜਿਹੜਾ ਹੈਗਾ ਜਲਦੀ ਤੋਂ ਜਲਦੀ ਇੱਦਾਂ ਦੀ ਜਿਹੜੀ ਹੈਗੀਆਂ ਬਾਇਓਗੈਸ ਪਲਾਂਟ ਜਿਹੜੇ ਹੈਗੇ ਜਿਸ ਤਰ੍ਹਾਂ ਸੀ ਐਨ ਜੀ 'ਚ ਤਬਦੀਲ ਹੋ ਜਾਂਦੀ ਹੈਗੀ ਗੈਸ ਇੱਦਾਂ ਦੇ ਪਲਾਂਟ ਲਗਾਉਣ ਦੀ ਜ਼ਰੂਰਤ ਹੈਗੀ ਹੈ ਅਤੇ ਜਿਹੜੇ ਕਿਸਾਨ ਜਿੱਥੇ ਹੁੰਦੇ ਨੇ ਖਾਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਮੇਨ ਮੁੱਦਾ ਬਣਾਉਣਾ ਚਾਹੀਦਾ ਹੈਗਾ ਵੀ ਇਸ ਚੀਜ਼ ਦਾ ਸਲਿਊਸ਼ਨ ਤਾਂ ਹੋਊਗਾ ਕਮ ਸੇ ਕਮ ਬਲੋਕ ਵਾਈਜ਼ ਜਿਹੜੀ ਹੈਗੀ ਹੈ ਜਿਹੜੀ ਕਾਰਖਾਨਾ ਜਿਹੜੀ ਫੈਕਟਰੀ ਹੈਗੀ ਉਹ ਲਗਾਉਣ ਦਾ ਜਿਹੜਾ ਹੈਗਾ ਕਿਸਾਨ ਜਿੱਥੇ ਹੁੰਦੇ ਨੇ ਉਹ ਅਪੀਲ ਕਰਨੀ ਚਾਹੀਦੀ ਹੈ।